ਹੁਣ ਤੁਹਾਡੇ ਸਾਹਮਣੇ ਬਹਿਰੁਲ ਮਸਾਹਿਬ ਕਾਰਿਲ ਕਸਾਇਦ ਜ਼ਾਕਰੀ ਲਬੈਦ ਜਨਾਬ ਗੁਲਾਮ ਅਬਾਸ ਸਾਹਿਬ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਣਗੇ ਔਰ ਫਿਕਸ 2 ਵਜੇ ਕਿਬਲਾ ਜ਼ਾਕਰੀ ਲਬੈਦ ਅਲਤਾਫ ਹੁਸੈਨ ਮੈਲਸੀ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਣ ਦੇ ਕਿਬਲਾ ਜ਼ਾਕਰੀ ਲਬੈਦ ਗੁਲਾਮ ਅਬਾਸ ਅਵਾਨ ਸਾਹਿਬ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਣ ਸਾਰੇ ਹਜ਼ਰਾਤ ਮਿਲ ਕੇ ਸਲਵਾਤ ਪੜ੍ਹੋ ਜੇ ਮਹਿਸੂਸ ਨਾ ਕਰੋ ਮਿਹਰਬਾਨੀ ਕਰੋ ਥੋੜ੍ਹੇ ਥੋੜ੍ਹੇ ਅੱਗੇ ਆ ਜਾਓ ਬੜੀ ਮਿਹਰਬਾਨੀ ਇਹ ਜਿਹੜੇ ਚੱਲੇ ਨੇ ਵਾਹਜਤ ਹੁੰਦੀ ਏ ਆ ਜਾਂਦੇ ਨੇ ਮਿਹਰਬਾਨੀ ਕਰੋ ਸਾਰੇ ਤਸ਼ਰੀਫ ਲੈਵੋਗੇ ਮਹਿਸੂਸ ਨਾ ਕਰਿਓ ਥੋੜ੍ਹੇ ਥੋੜ੍ਹੇ ਅੱਗੇ ਆ ਜਾਓ ਇਹ ਫਰੰਟ ਖਾਲੀ ਏ ਪਿੱਛੇ ਸਾਰੇ ਬੈਠੇ ਬੜੀ ਮਿਹਰਬਾਨੀ ਜਿਹੜੇ ਜਵਾਨ ਆਏ ਬੈਠੇ ਸਾਰੇ ਸਭ ਤੋਂ ਪਹਿਲਾਂ ਸੈਯਦ ਗੈਰ ਸੈਯਦ ਦੋਸਤ ਬੀਰਾ ਬੈਠੇ ਹੋ ਸਾਰਿਆਂ ਦੀ ਇਜਾਜ਼ਤ ਅਤੇ ਨੌਕਰੀ ਸ਼ੁਰੂ ਕਰਾਂ ਮਿਲ ਕੇ ਨਾਰਾਏ ਤਕਬੀਰ ਮਿਲ ਕੇ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾ ਹੈਦਰੀ ਨਾਰਾ ਹੈਦਰੀ ਹੁਸੈਨੀਆਤ ਹੁਸੈਨੀਆਤ ਯਜ਼ੀਦੀਆਤ ਯਜ਼ੀਦੀਆਤ ਉੱਚੀ ਆਵਾਜ਼ ਦੇ ਨਾਲ ਸਲਵਾਤ ਪੜ੍ਹੋ ਰਿਜ਼ਕ ਦੇਤੇ ਹੈ ਕਮਾਲ ਦੇਤੇ ਹੈ ਜੀ ਜਿਸ ਮਕਾਮ 'ਤੇ ਬੈਠੇ ਹੋ ਤੋ ਜੋ ਮੇਰੇ ਪਾਸੇ ਰੱਖਣੀ ਹੈ ਰਿਜ਼ਕ ਦੇਤੇ ਹੈ ਕਮਾਲ ਦੇਤੇ ਹੈ ਹਮ ਕਿਉਂ ਕਿਸੀ ਸੇ ਮਾਂਗੇ ਮੁਝੇ ਜ਼ਹਰਾ ਕੇ ਲਾਲ ਦੇਤੇ ਹੈ ਯਾ ਅਲੀ ਯਾ ਅਲੀ ਮਵਾਲੀਓ ਕਾ ਸਦਾ ਇਤਰਾਮ ਕਰਤਾ ਹੂੰ ਤੁਹਾਡਾ ਇਤਰਾਮ ਵਾਜਬ ਸਮਝਣਾ ਮਵਾਲੀਓ ਕਾ ਸਦਾ ਇਤਰਾਮ ਕਰਤਾ ਹੂੰ ਕਦਮ ਕਦਮ ਪੇ ਯੇ ਨੇਕ ਕਾਮ ਕਰਤਾ ਹੂੰ ਮਵਾਲੀ ਤਾਂ ਇੱਕ ਪਾਸੇ ਵਫਾ ਕੇ ਸ਼ਾਹ ਕਾ ਜਿਸ ਪੇ ਅਲਮ ਨਜ਼ਰ ਆਏ ਮੈਂ ਉਸ ਕਾ ਮਕਾਂ ਕੋ ਵੀ ਝੁੱਕ ਕੇ ਸਲਾਮ ਕਰਤਾ ਹੂੰ ਵਫਾ ਕੋ ਨਾਦ ਹੈ ਜਿਸ ਪਰ ਉਸੇ ਅੱਬਾਸ ਕਹਤੇ ਹੈ ਵਫਾ ਕੋ ਨਾਦ ਹੈ ਜਿਸ ਪਰ ਉਸੇ ਅੱਬਾਸ ਕਹਤੇ ਹੈ ਲਗੇ ਜੋ ਸਾਨੀ ਹੈਦਰ ਉਸੇ ਅੱਬਾਸ ਕਹਤੇ ਹੈ ਲਗੇ ਜੋ ਸਾਨੀ ਹੈਦਰ ਉਸੇ ਅੱਬਾਸ ਕਹਤੇ ਹੈ ਅਲਮ ਪੱਥਰ ਪੇ ਜੋ ਗਾੜੇ ਉਸੇ ਕਹਤੇ ਹੈ ਸਭ ਹੈਦਰ ਅਲਮ ਪੱਥਰ ਪੇ ਜੋ ਗਾੜੇ ਉਸੇ ਕਹਤੇ ਹੈ ਸਭ ਹੈਦਰ ਅਲਮ ਪਾਣੀ ਪੇ ਜੋ ਗਾੜੇ ਉਸੇ ਅੱਬਾਸ ਕਹਤੇ ਹੈ ਇਹ 4 ਸਤਰਾ ਹਰ ਮਜਲਿਸ ਵਿੱਚ ਪੜ੍ਹਦਾ ਰਹਿੰਦਾ ਰੱਬ ਕਦੀ ਵੀ ਆਪ ਨਾਦਾਰ ਹੁੰਦਾ ਜੇ ਨਾ ਪੈਦਾ ਕਰਦਾ 5 ਹਸਤੀਆਂ ਨੂੰ ਰੱਬ ਕਦੀ ਵੀ ਆਪ ਨਾਦਾਰ ਹੁੰਦਾ ਜੇ ਨਾ ਪੈਦਾ ਕਰਦਾ 5 ਹਸਤੀਆਂ ਨੂੰ ਨਾ ਅਰਸ਼ ਫਰਸ਼ ਲੋ ਮਹਫੂਜ਼ ਹੁੰਦਾ ਨਾ ਵੇਂਦਾ ਇਹਨਾਂ ਦੀਆਂ ਮਸਤੀਆਂ ਨੂੰ ਅਜੇ ਵੀ ਵੇਲੇ ਹੀ ਗਫਲਤ ਤੋਂ ਬਾਅਦ ਆ ਜਾ ਅਜੇ ਵੀ ਵੇਲੇ ਹੀ ਗਫਲਤ ਤੋਂ ਬਾਅਦ ਆ ਜਾ ਛੱਡ ਖਾਬ ਦੀਆਂ ਬੁੱਤ ਪ੍ਰਤੀਆਂ ਨੂੰ ਜਿੱਥੇ ਜ਼ਿਕਰ ਹੁਸੈਨ ਦਾ ਨਹੀਂ ਹੁੰਦਾ ਰੱਬ ਉਜਾੜ ਦਿੰਦਾ ਹੀ ਉਹਨਾਂ ਬਸਤੀਆਂ ਨੂੰ ਯਾ ਅਲੀ ਯਾ ਅਲੀ ਯਾ ਜੀ ਜਿਸ ਮਕਾਮ 'ਤੇ ਬੈਠੇ ਹੋ ਜਿਤਨਾ ਟਾਈਮ ਦਿੱਤਾ ਗਿਆ ਉਹਦੇ ਵਿੱਚ ਹੀ ਪੜ੍ਹਦਾ ਲੇਕਿਨ ਵਾਅਦਾ ਕਰਨਾ ਮਜਲਿਸ ਮੁਕੰਮਲ ਪੜ੍ਹਦਾ ਜਾਗ ਤੇ ਬਾਬਾ ਜੀ ਔਜ਼ ਬਿਲਾਹ ਹਮਨੈ ਸ਼ੈਤਾਨ ਰਜੀ بسم اللہ الرحمن الرحیم صلوات
ਅਲਹਮ ਲਿਲਾਹਿ ਰਬਿਲ ਅਲਮੀਨ ਅਸਲਾਤੁ ਵਸਲਾਮ ਵਲਾ ਅਸ਼ਰਫਿ ਅੰਬੀਆ ਵਲ ਮੁਰਸਲੀਨ ਖੁੱਲੇ ਦਿਲਾਂ ਦੇ ਨਾਲ ਸਲਵਾਤ ਅੱਜ ਦੀ ਮਹਿਲ ਦੀਪਤਾ ਦਾ ਆਪਣੀ ਜ਼ੁਬਾਨੀ ਨਹੀਂ ਹਦੀਸੇ ਤੱਕ ਲੈਣ ਅੱਬਾਸ ਦਾ ਆਖਾ ਕਾਸਮ ਦਾ ਚਾਚਾ ਮੈਂ ਕਿਉਂ ਨਾ ਆਖਾਂ ਕਰਬਲਾ ਦਾ ਖਤੀਬ ਕਰਬਲਾ ਦਾ ਸ਼ਹੀਦ ਆਖਾ ਹੁਸੈਨ ਬਾਦਸ਼ਾਹ ਦੀ ਸ਼ਾਨ ਦੀ ਰਵਾਈ ਸੁਣਾਉਣਾ ਚਾਹੁੰਦਾ ਜਿਸ ਜਿਸ ਮਕਾਮ ਤੇ ਬੈਠੇ ਉਤੋਂ ਜੋ ਮੇਰੇ ਪਾਸੇ ਰੱਖਣੀ ਨਿਮਾ ਜ਼ਮੋਤਾ ਜਿਹੇ ਵਕਤਾਂ ਦੀ ਹਰ ਵਕਤ ਨਿਮਾਦ ਹੁਸੈਨ ਨਿਮਾਜ਼ ਮੁਤਾ ਜਿਹੇ ਵਕਤਾਂ ਦੀ ਹਰ ਵਕਤ ਨਿਮਾਜ਼ ਹੁਸੈਨ ਨਿਮਾਜ਼ ਦਾ ਵਕਤ ਨਿਮਾਜ਼ ਹੋਵੀ ਤੇ ਨਿਮਾਜ਼ ਦਾ ਵਕਤ ਸਾਮਤ ਕੁਰਾਨ ਭੁਲੇਂਦਾ ਨਹੀਂ ਸਾਮਤ ਆਖਦੇ ਨੇ ਖਮੋਸ਼ ਬੋਲਦਾ ਨਹੀਂ ਬੁਲੈਂਦੀ ਕਿਹੜੀ ਚਾਹੇ ਸਾਮਤ ਕੁਰਾਨ ਬੁਲੈਂਦਾ ਨਹੀਂ ਉਹਦੀ ਆਵਾਜ਼ ਹੁਸੈਨ ਪਾ ਕਰ ਤੂੰ ਲਦਾ ਸਜਦਾ ਆਹਦਾ ਏ ਦਰ ਅਥਲ ਨਿਮਾਦ ਹੁਸੈਨ ਹੈ ਜਿਸ ਜਿਸ ਮੁਕਾਮ ਤੇ ਬੈਠੇ ਹੋ ਮੇਰੇ ਹਿੱਸੇ ਦਾ ਖੁਤਬਾ ਹੋ ਗਿਆ ਰਬਾਈ ਹੋ ਗਈ ਮੇਰਾ ਦਿਲ ਚਾਹੁੰਦਾ ਏ ਇੱਕ ਸ਼ੇਰ ਕਸੀਦੇ ਦਾ ਇਕੱਲਿਆਂ ਸੁਣਾਵਾਂ ਉਸ ਤੋਂ ਬਾਅਦ ਦੋ ਸ਼ੇਰ ਸੋਦੀਆਂ ਨਾਲ ਸੁਣਾ ਤਾਂ ਉਸ ਤੋਂ ਬਾਅਦ ਜ਼ਿਕਰ ਮੁਸਾਹਿਬ ਜਿਸ ਜਿਸ ਮਕਾਮ 'ਤੇ ਬੈਠੇ ਉੱਚੀ ਆਵਾਜ਼ ਦੇ ਨਾਲ ਸਲਵਾਤ ਪੜ੍ਹੋ ਕੁਲ ਦੁਨੀਆ ਨੇ ਅਕਲ ਖਪਾਈਏ ਕੁਲ ਦੁਨੀਆ ਨੇ ਅਕਲ ਖਪਾਈਏ ਅਕਲ ਖਪਾਈਏ ਕੁਲ ਦੁਨੀਆ ਨੇ ਅਕਲ ਕਪਾਈਏ ਫੇਰ ਵੀ ਜ਼ਾਰਾ ਸਮਝ ਨਾ ਆਈਏ ਜਿਹੜੇ ਲੋਕ ਆਦੇ ਹਨ ਨਬੀ ਦੀਆਂ ਚਾਰ ਦੀਆਂ ਹਨ ਜਿਹੜੇ ਲੋਕ ਆਦੇ ਹਨ ਨਬੀ ਦੀਆਂ ਚਾਰ ਦੀਆਂ ਹਨ ਉਹਨਾਂ ਨੂੰ ਮਹਾਤਬੋ ਕੇ ਸ਼ੇਰ ਸੁਣਾਉਣਾ ਚਾਹੁੰਦਾ ਹੁਣ ਜੇ ਹਿਲ ਦੀਆਂ ਚਾਰ ਨਬੀ ਦੀਆਂ ਜਿਹਲ ਦੀਆਂ ਚਾਰ ਨਬੀ ਦੀਆਂ ਵਿੱਚ ਮੁਬਾਲੇ
ਇੱਕ ਕਿਉਂ ਆਈਏ ਤੁਹਾਡੀ ਤਬੀਅਤ ਨੂੰ ਡੇਕ ਅਗਲਾ ਸ਼ੇਰ ਸੁਣਾਉਣਾ ਚਾਹੁੰਦਾ ਜਿਹੜੇ ਮੇਰੀ ਸੈਨ ਜ਼ਹਰਾ ਦੇ ਮੁਨਕਰ ਹਨ ਨਹੀਂ ਮੰਨਦੇ ਹਨ ਉਹਨਾਂ ਨੂੰ ਮਹੱਤਵ ਹੋ ਕੇ ਸ਼ੇਰ ਸੁਣਾਉਣਾ ਚਾਹੁੰਦਾ ਹੁਣ ਜਿਹੜਾ ਮੁਨਕਰ ਉਸ ਬੀਬੀ ਦਾ ਜਿਹੜਾ ਮੁਨਕਰ ਉਸ ਬੀਬੀ ਦਾ ਖਾਲਕ ਉਸ ਤੇ ਲਾਨਤ ਪਾਈਏ ਆ ਜਾਓ ਜੀ ਜਿਸ ਮਕਾਮ 'ਤੇ ਬੈਠੇ ਹੋ ਤਵੱਜੋ ਮੇਰੇ ਪਾਸੇ ਰੱਖਣੀ ਹੈ ਹਾਂ ਜੀ ਜਿਸ ਮਕਾਮ 'ਤੇ ਬੈਠੇ ਹੋ ਮੇਰਾ ਦਿਲ ਚਾਹੁੰਦਾ ਏ ਦੋ ਸ਼ੇਰ ਕਸੀਦੇ ਦੇ ਸੌਦੀਆਂ ਨਾਲ ਉਸ ਤੋਂ ਬਾਅਦ ਵਿਕਰਮ ਸਾਹਿਬ ਇਹ ਮੇਰਾ ਅਕੀਦਾ ਏ ਕਿ ਜਿੱਥੇ ਮਾਮ ਹੁਸੈਨ ਬਾਦਸ਼ਾਹ ਦੀ ਫੂੜੀ ਵਜਾਈ ਜਾਂਦੀ ਏ ਉੱਥੇ 14 ਮੌਜੂਦ ਹੁੰਦੇ ਨੇ ਮੇਰਾ ਅਕੀਦਾ ਏ ਜਿੱਥੇ ਮਾਮ ਹੁਸੈਨ ਬਾਦਸ਼ਾਹ ਦੀ ਫੂੜੀ ਵਿਛਾਈ ਜਾਂਦੀ ਉੱਥੇ 14 ਮੌਜੂਦ ਹੁੰਦੇ ਨੇ ਮਜਮੇ ਨੂੰ ਥੋੜ੍ਹਾ ਸਮਝ ਕੇ ਬਹੁਤਾ ਸਮਝ ਕੇ ਇਹ ਮਾਮ ਹੁਸੈਨ ਬਾਦਸ਼ਾਹ ਦੀ ਫੂੜੀ ਵਿਛਾਈ ਗਈ ਏ ਜਿਹੜੇ ਇਬਾਦਤ ਵਾਸਤੇ ਆਏ ਨੇ ਜੇ ਗਲੀ 'ਚ ਨੇ ਤਾਂ ਉਹ ਆਪੇ ਆ ਜਾਂਦੇ ਨੇ ਕਿਸੇ ਹਾਜਤ ਵੱਧ ਗਏ ਨੇ ਜੇ ਜਿਸ ਮਕਾਮ 'ਤੇ ਬੈਠੇ ਹੋ ਤਵੱਜੋ ਮੇਰੇ ਪਾਸੇ ਰੱਖਣੀ ਉੱਚੀ ਆਵਾਜ਼ ਦੇ ਨਾਲ ਸਲਵਾਤ ਪੜੋ ਕਸੀਦਾ ਸੁਣਾਉਣ ਲੱਗਾ ਕਸੀਦਾ ਮੈਂ ਸੁਣਾਉਣ ਲੱਗਾ ਸਰਕਾਰ ਅਲੀ ਅਲੈ ਸਲਾਮ ਦੇ ਦੀਵਾਨੇ ਦੇ ਦੋ ਸ਼ੇਰ ਸੁਣਾਉਣਾ ਚਾਹੁੰਦਾ ਜਿਸ ਮਕਾਮ 'ਤੇ ਬੈਠੇ ਹੋ ਤਵੱਜੋ ਮੇਰੇ ਪਾਸੇ ਰੱਖਣੀ ਅਲੀ ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਅਲੀ ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਅਲੀ ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਅਲੀ 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 ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਅਲੀ ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਬਿਸਮਿਲ੍ਲਾ ਰਹਿਮਾਨ ਰਹੀਮ ਲਾ ਇਲਾਹ ਇਲੱਲਾ ਮੁਹੰਮਦ ਰਸੂਲੱਲਾ ਅਲੀ ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਅਲੀ ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਅਲੀ ਯੁਮ ਵਲੀ ਉੱਲਾ ਵਤੀ ਔਰ ਤੂੰ ਲਾਇਵਾ ਖਲੀਫਾ ਤੋਂ ਬੇਲਾ ਫਤਲ ਅਲੀ ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਅਲੀ ਦੇ ਦੀਵਾਨ ਦਾ ਮਿਆਰ ਵੇਖ ਲੈ ਜੰਨਤ ਦਾ ਕਰਦੇ ਵਪਾਰ ਵੇਖ ਲੈ ਦੀਵਾਨਾ ਉੱਤੇ ਕਹਤੇ ਕਿ ਜੋ ਹੋਸ਼ ਮੈਂ ਨਾ ਹੋ
दीवाना किती गल की वकालत नहीं करते जा मेरे पहलोल को पागल ना कहो पागल किती जन्नत की तजारत नहीं करते अली दे दीवान दा मियार वेख ले जन्नत दा कर दे बपार वेख ले अली दे दीवान दा मियार वेख ले जन्नत दा कर दे बपार वेख ले बरौदे माशर जिधर भी देखो अली अली का शोर होगा तबराबादी की गूंज होगी वहां मलंगू का दौर होगा जो सबसे पहले जहन्नम में जाएगा वो यकीनन फिदा की मलका का चोर होगा अली दे दीवाने दा मियार वेख ले जन्नत दा कर दे बपार वेख ले अली दे दीवाने दा मियार वेख ले जन्नत दा कर दे बपार वेख ले जन्नत जजावल लाए मौला दे मलंग दा वकार वेख ले ਵਪਾਰ ਵੇਖ ਲੈ ਵਕਾਰ ਵੇਖ ਲੈ ਕਾਫੀਆ ਦਿਨ ਚ ਰੱਖਣਾ ਏ ਅਲੀ ਅਲੀ ਕਰਨ ਦੀ ਵਜ੍ਹਾ ਤੂੰ ਨੌਕਰੀ ਖਤਮ ਅਫਸਰੀ ਖਤਮ ਭੁੱਖਾਂ ਆ ਗਈਆਂ ਫਾਕੇ ਆ ਗਏ ਬਹਿਲੌਲ ਦੀਵਾਨਾ ਨਜਬ ਦੇ ਪੱਤ ਡੇਕ ਆ ਦੇ ਮੌਲਾ ਅਲੀ ਅਲੀ ਕਰਨ ਦੀ ਵਜ੍ਹਾ ਤੂੰ ਨੌਕਰੀ ਖਤਮ ਅਫਸਰੀ ਖਤਮ ਭੁੱਖਾਂ ਆ ਗਈਆਂ ਫਾਕੇ ਆ ਗਏ ਮੌਲਾ ਹੁਣ ਤੁਸੀਂ ਡਸਾਓ ਮੈਂ ਕਿਆ ਕਰਾਂ ਸਰਕਾਰੀ ਦੇ ਪੱਤ ਡੇਕ ਆ ਦੇ ਨੌਕਰੀ ਕਰਨੀ ਆ ਨਹੀਂ ਮੌਲਾ ਅਫਸਰੀ ਕਰਨੀ ਆ ਨਹੀਂ ਮੌਲਾ ਤੇ ਕਰਨਾ ਕਿਆ ਇਹਨਾਂ ਨੌਕਰੀ ਕਰਨੀ ਨਾ ਅਫਸਰੀ ਕਰਨੀ ਤੇ ਕਰਨਾ ਕਿਆ ਆਈ ਮਹਿਲੌਲ ਦੀਵਾਨਾ ਸਰਕਾਰ ਦੇ ਚਿਹਰੇ ਦੀ ਤਲਾਵਤ ਕਰਕੇ ਆਦਾ ਹੈ ਮੌਲਾ ਨਾ ਨੌਕਰੀ ਕਰਨੀ ਹੈ ਨਾ ਅਫਸਰੀ ਕਰਨੀ ਹੈ ਕਾਰੋਬਾਰ ਕਰਨਾ ਹੈ ਤੇ ਕਾਰੋਬਾਰ ਵੀ ਉਹ ਕਰਨਾ ਹੈ ਜਿਹੜਾ ਕੋਈ ਨਾ ਕਰ ਸੰਗੇ ਜਿਹੜਾ ਕੋਈ ਨਾ ਕਰ ਦੰਗੇ ਸਰਕਾਰ ਬਹਿਲੌਲ ਦੀਵਾਨੇ ਦੇ ਪੱਤ ਡੇਕ ਆਦੇ ਨੇ ਪੈਰਾਂ ਨਾਲ ਮਿੱਟੀ ਦੀਆਂ ਢੇਰੀਆਂ ਬਣਾਈ ਜਾ ਅਲੀ ਦੀ ਗੁਲਾਮੀ ਦੀਆਂ ਮੋਰਾ ਉੱਤੇ ਲਾਈ ਜਾ ਪੈਰਾਂ ਨਾਲ ਮਿੱਟੀ ਦੀਆਂ ਢੇਰੀਆਂ ਬਣਾਈ ਜਾ ਅਲੀ ਦੀ ਗੁਲਾਮੀ ਦੀਆਂ ਮੋਰਾ ਉੱਤੇ ਲਾਈ ਜਾ ਹੋਵੇ ਸੀ ਜੰਨਤ ਤਿਆਰ ਵੇਖ ਲੈ ਚੱਲ ਵੈ ਤੀ ਤੇਰਾ ਕਾਰੋਬਾਰ ਵੇਖ ਲੈ ਤੁਹਾਡੀ ਤਬੀਅਤ ਜੋੜ ਮੇਰਾ ਦਿਲ ਚਾਹੁੰਦਾ ਏ ਇੱਕ ਗਾਦੀ ਅੱਬਾਸ ਦਾ ਸ਼ੇਰ ਸੁਣਾਉਣਾ ਚਾਹੁੰਦਾ ਉੱਚੀ ਆਵਾਜ਼ ਦੇ ਨਾਲ ਸਲਵਾਤ ਪੜ੍ਹੋ ਅਗਲਾ ਸ਼ੇਰ ਪੜ੍ਹੋ ਇਹਦਾ ਨੌਕਰ ਗਾਜ਼ੀ ਦੇ ਇਹ ਨੌਕਰ ਗਾਜ਼ੀ ਦੇ ਨੌਕਰ ਗਾਜ਼ੀ ਦੇ ਨੌਕਰ ਗਾਜ਼ੀ ਦੇ ਨੌਕਰ ਗਾਜ਼ੀ ਦੇ ਪਿਛਲੇ ਅਗਲੇ ਦਰਮਿਆਨ ਵਾਲੇ ਇਸ ਸਾਈਡ ਵਾਲੇ ਇਸ ਸਾਈਡ ਵਾਲੇ ਸਮੇਤ ਜ਼ਾਕਰ ਇਹ ਨੌਕਰ ਗਾਜ਼ੀ ਦੇ 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 ਕਦਾ ਲੱਗਾ ਤੇ ਆਧਾਰਾ ਵਿੱਚ ਵੀ ਨਹੀਂ ਲੁਕਦੇ ਨੌਕਰ ਗਾਜ਼ੀ ਦੇ
ਸ਼ੇਰ ਸੁਣਾਉਣਾ ਚਾਹੁੰਦਾ ਗਾਜ਼ੀ ਅੱਬਾਸ ਦਾ, ਅਲਮ ਸਰਕਾਰ ਦਾ। ਕਿਸੇ ਕੋਠੀ 'ਤੇ ਹੋਵੇ, ਕਿਸੇ ਕੋਠੇ 'ਤੇ ਹੋਵੇ, ਕਿਸੇ ਜੁੱਗੀ 'ਚ ਹੋਵੇ, ਮੋਮਨ ਹੁੰਦਾ ਹੀ ਜਿਹੜਾ ਜੁੱਗ ਕੇ ਸਲਾਮ ਕਰੇ। ਗਾਜ਼ੀ ਅੱਬਾਸ ਦਾ ਸ਼ੇਰ ਸੁਣਾਉਣਾ ਚਾਹੁੰਦਾ, ਜਿਸ ਜਿਸ ਮਕਾਮ 'ਤੇ ਬੈਠੇ ਹੋ ਤੁਹਾਨੂੰ ਮੇਰੇ ਪਾਸ ਰੱਖਣੀ ਹੈ। ਸਾਡੀ ਜ਼ਿੰਦਗੀ ਵਾਲੇ, ਸਾਡੀ ਬੰਦਗੀ ਵਾਲੇ, ਸਾਡਾ ਮੋਤਨ ਵਾਲੇ, ਸਾਡੇ ਜ਼ਿੰਦਗੀ ਵਾਲੇ, ਸਾਡੀ ਬੰਦਗੀ ਵਾਲੇ, ਸਾਡਾ ਮੋਤਨ ਵਾਲੇ। ਛੋੜ ਕੇ ਪੰਜਾਂ ਬਾਰਾਂ ਲੋ ਨਹੀਂ ਕਮੀਆਂ ਦੇ ਅੱਗੇ ਝੁਕਦੇ ਇਹ ਨੌਕਰ ਗਾਜ਼ੀ ਦੇ। ਬਸ ਇੱਕ ਸ਼ੇਰ ਸ਼ਬਾਦ ਕਲੰਦਰ ਸਰਕਾਰ ਦਾ ਸੁਣਾਉਣਾ ਚਾਹੁੰਦਾ। ਲਾ ਉੱਚਾ ਨਾਰਾ ਲਾ ਸਰਕਾਰ ਕਲੰਦਰ ਦਾ, ਲਾ ਉੱਚਾ ਨਾਰਾ ਲਾ ਸਰਕਾਰ ਕਲੰਦਰ ਦਾ, ਲਾ ਉੱਚਾ ਨਾਰਾ ਲਾ ਸਰਕਾਰ ਕਲੰਦਰ ਦਾ, ਲਾ ਉੱਚਾ ਨਾਰਾ ਲਾ ਸਰਕਾਰ ਕਲੰਦਰ ਦਾ। ਆਓ ਰਲ ਕੇ ਸੇਵਣ ਚੱਲੀਏ, ਬਣ ਕੇ ਲਾਲਣ ਨੂੰ ਮਿਲੀਏ। ਆਓ ਰਲ ਕੇ ਸੇਵਣ ਚੱਲੀਏ, ਬਣ ਕੇ ਲਾਲਣ ਨੂੰ ਮਿਲੀਏ। ਪਿਆ ਵਸਦਾ ਸੋਹਣਾ ਹੈ ਦਰਬਾਰ ਕਲੰਦਰ ਦਾ। ਕੁਝ ਲੋਕ ਮੈਦਾਨ ਚ ਆਏ ਨੇ ਸ਼ਬਾਦ ਕਲੰਦਰ ਸਰਕਾਰ ਚੁੱਪ ਕਰਕੇ ਬੈਠੇ ਆਣੇ। ਲੋਕ ਡੇਕਿਆ ਦੇ, ਨਾ ਕਿਸੇ ਨਾਲ ਬੋਲਦਾ ਏ, ਨਾ ਚਾਲਦਾ ਏ, ਨਾ ਕਿਸੇ ਨਾਲ ਗੱਲ ਕਰੇਂਦਾ ਏ। ਸ਼ਬਾਦ ਕਲੰਦਰ ਸਰਕਾਰ ਇਹਨਾਂ ਲੋਕਾਂ ਦੇ ਪਾਸੇ ਡੇਕਿਆ ਦੇ ਨੇ। ਮੈਂ ਮਸਤ ਮਵਾਲੇ, ਮੈਂ ਚੌਬਾਦ ਕਲੰਦਰ, ਮੈਂ ਮਸਤ ਮਵਾਲੇ, ਮੈਂ ਚੌਬਾਦ ਕਲੰਦਰ। ਉਹਦੀ ਮਸਤੀ ਦੇ ਵਿੱਚ ਮਸਤਾ, ਉਹ ਜਿਤਨਾ ਬੁਲੰਦ ਮੈਂ ਪਸਤਾ। ਉਹਦੀ ਮਸਤੀ ਦੇ ਵਿੱਚ ਮਸਤਾ, ਉਹ ਜਿਤਨਾ ਬੁਲੰਦ ਮੈਂ ਪਸਤਾ। ਹਸਨੈਨ ਦਾ ਬਾਬਾ ਹੈ ਸਰਕਾਰ ਕਲੰਦਰ ਦਾ। ਮੇਰੇ ਹਿੱਸੇ ਦਾ ਫਜ਼ਾਇਲ ਹੋ ਗਏ। 36 ਸ਼ਹਿਰ, 72 ਬਾਜ਼ਾਰ, 244 ਗਲੀਆਂ ਅਤੇ 288 ਮੋੜ ਮੈਂ ਆਸਾਨੀ ਨਾਲ ਪੜ੍ਹ ਛੋੜਿਆ, ਤੁਸਾਂ ਆਸਾਨੀ ਨਾਲ ਸੁਣ ਛੋੜਿਆ। ਲੇਕਿਨ ਮੇਰੀ ਸੈਣ ਹਰ ਮੋੜ 'ਤੇ ਇਹੋ ਸਵਾਲ ਕਰਦੀ, ਮੁਸਲਮਾਨੋ ਮੈਨੂੰ ਚਾਦਰ ਦਿਓ। ਬਾਜ਼ਾਰ ਲੰਘ ਬਏ ਸਾਂ, ਚਾਦਰ ਵਾਪਸ ਕੱਢੇ ਸਾਂ। ਮੇਰੀ ਸੈਣ ਆਦੀ, ਜਿੱਥੇ ਮੈਂ ਚੰਦ ਕਦਮ ਚਾਹੇ ਨਾ, ਇਹ ਕਮੀਨਾ ਮੇਰੇ ਪਾਸੇ ਡੇਕ ਆਉਂਦਾ, ਜੇ ਕੋਈ ਟੁਰਨ ਦਾ ਵੱਲ ਨਹੀਂ ਆਉਂਦਾ ਉਹ ਬਾਗੀ ਦੀ ਭੈਣ। ਮੈਂ ਆਦੀ ਰਹੀ ਹਾਂ, ਮੈਂ ਬਾਗੀ ਨਹੀਂ, ਮੈਂ ਕਾਇਨਾਤ ਤੂੰ ਵੱਡੇ ਨਿਮਾਦੀ ਦੀ ਭੈਣ ਹਾਂ। ਬਿਸਮਿਲਾ ਕਰਾਂ। ਰੋਣ ਵਾਸਤੇ ਚਾਰ ਹੀ ਲਫਜ਼ ਕਾਫੀ ਹੁੰਦੇ ਨੇ, ਹੁਸੈਨ, ਕਰਬਲਾ, ਜ਼ੈਨਬ ਅਤੇ ਸ਼ਾਮ। ਜਿਸ ਜਿਸ ਮਕਾਮ 'ਤੇ ਬੈਠੇ ਹੋ ਮੈਂ ਬੈਨ ਕਰਨਾ ਚਾਹੁੰਦਾ, ਦੁਆ ਚਾ ਮੰਗੋ ਇਨਸ਼ਾਅੱਲਾ ਕੋਈ ਕੈਦੀ ਨਾ ਹੋਵੇ। ਜੇ ਕੈਦੀ ਹੋਵੇ ਉਹਦੇ ਨਾਲ ਉਹਦੀ ਮਾਂ ਨਾ ਹੋਵੇ। ਦੁਆ ਚਾ ਮੰਗੋ ਇਨਸ਼ਾਅੱਲਾ ਕੋਈ ਕੈਦੀ ਨਾ ਹੋਵੇ। ਜੇ ਕੈਦੀ ਹੋਵੇ ਉਹਦੇ ਨਾਲ ਉਹਦੀਆਂ ਛੋਟੀਆਂ ਛੋਟੀਆਂ ਭੈਣਾਂ ਨਾ ਹੋ। ਬਿਸਮਿਲਾ ਕਰਾਂ। ਜਿਸ ਜਿਸ ਮਕਾਮ 'ਤੇ ਬੈਠੇ ਹੋ ਮੈਂ ਬੈਨ ਕਰਨਾ ਚਾਹੁੰਦਾ, ਪਰਦਾ ਬਿਆ ਖੁੱਲ੍ਹੇ ਲਾਲ ਹਨੇਰੀ,
ਟੁੱਟੀ ਗਰਵੇਲ ਤੇ ਲੁੱਟ ਖੈਮਿਆਂ ਦੇ ਵਿੱਚ ਪੈ ਗਈ ਉਹ ਕੁਬਰਾ ਦਾਦਾ ਜਪੇ ਲੁੱਟ ਦੇ ਸ਼ਾਮੀ ਬੀਬੀ ਦਰ ਤੇ ਡੈਂਦੇ ਲਹਿ ਹਸਰਤ ਦਿਲ ਵਿੱਚ ਰਹਿ ਗਈ ਕਿਹੜੀ ਕੋਈ ਵੰਜ ਕੇ ਆ ਕੇ ਆਇਓ ਗਾ ਦੀ ਕੋ ਤੜੀ ਬਹਿਣ ਦੀ ਚਾਦਰ ਲੈ ਜੀ ਜੀ ਬਿਸਮਿਲਾ ਕਰਾਂ ਹੱਥ ਨਾ ਜੋੜ ਮੈਂ ਤੇਰਾ ਨੌਕਰਾਂ ਬਿਸਮਿਲਾ ਕਰਾਂ ਮਲਾਕ ਪਿਆਦਾ ਬਿਸਮਿਲਾ ਕਰਾਂ ਹੌਸਲੇ ਦੇ ਨਾਲ ਪੜਦਾ ਦੀਆਂ ਪੜਦਾ ਪਿਆ ਗੁੱਲੀ ਲਾਲ ਹਨੇਰੀ ਵੋਡੀ ਗਰਵੇਲ ਤੇ ਲੁੱਟ ਖੈਮਿਆਂ ਦੇ ਵਿੱਚ ਪੈ ਗਈ ਕੁਬਰਾ ਦਾਦਾ ਜਪੇ ਲੁੱਟ ਦੇ ਸ਼ਾਮੀ ਬੀਬੀ ਦਰ ਤੇ ਡੈਂਦੇ ਤੇ ਖੜਾ ਉਸ ਮਰਿਆ ਦਾ ਉਹ ਵਿੱਚ ਫੌਜਾਂ ਦੇ ਇੱਕੋ ਹਸਰਤ ਦਿਲ ਵਿੱਚ ਰਹਿ ਗਈ ਕਿਹੜੀ ਉਹ ਕੋਈ ਵੰਜ ਕੇ ਆ ਕੇ ਆਇਓ ਗਾ ਦੀ ਕੋ ਤੜੀ ਬੈਣ ਦੀ ਚਾਦਰ ਇਸੇ ਮਕਾਮ ਦਾ ਇੱਕ ਹੋਰ ਵਹਿਣ ਕਰਨਾ ਚਾਹੁੰਦਾ ਪੜਦਾ ਪਿਆ ਖਈਆ ਮਤਾ ਦਾਤ ਦੇ ਲੁੱਟ ਲੁੱਟ ਕੇ ਤੇ ਤੱਕ ਗਈਏ ਫੌਜ ਅਰਬ ਦੀ ਆਇਆ ਸ਼ਿਮਰ ਅੱਬਾ ਸਦੀ ਲਾਸ਼ ਉੱਤੇ ਕਰਕੇ ਤੋਹੇ ਨਾ ਕਮੀਨਾ ਦਾ ਇੱਕ ਹੱਥ ਵਿੱਚ ਸਾਈ ਉਹ ਮਦਲ ਉਹ ਮਦਾਇਆ ਹੱਥ ਚਾਦਰ ਓ ਜ਼ੈਨਬ ਦੀ ਅੱਖ ਡਿੱਗ ਅੱਬਾਸ ਓ ਤੇੜੀਆਂ ਭੈਣੀ ਕੋ ਕਾਈ ਅਮਾਨਤ ਜਾਣੇ ਲਬੇ ਸਾਰਾ ਮਨਮੋਹਨ ਜੋੜ ਦਿੱਤਾ ਉਮਤ ਦੀਨ ਆਕਾ ਤਜਾਦ ਇਹੋ ਜੇ ਦੇਵਰ ਪਵਾਏ ਜੋ ਤਜਾਦ ਦੀ ਗਰਦਨ ਝੁਕ ਗਈ ਨਵਾਬ ਸ਼ਹਿਨਸ਼ਾਹ ਦੀ ਭੈਣ ਜਿਥੇ ਲਾਸ਼ਾਂ ਚੋਂ ਗੁਜ਼ਰ ਹੋਇਆ ਖਲੋ ਤੇ ਉੱਠ ਤੂੰ ਜ਼ਹਰਾ ਦੀ ਜਾਈ ਲੱਥੀ ਤੇ ਲੱਥੀ ਵੀ ਕਿਹੜੀ ਜਾਏ ਉੱਠਾਂ ਦਿਆਂ ਪੈਰਾਂ ਵਿੱਚ ਮੰਦਰ ਬਣਾ ਵੀ ਨਿਆਦੇ ਹੁਸੈਨ ਜਿਵੇਂ ਮੇਰੀ ਤੈਨ ਤਿੰਨ ਕਦਮ ਜਾਏ ਨੇ ਮੇਰੀ ਤੈਨ ਨੌ ਵਾਰੀ ਉੱਠੀ ਏ ਨੌ ਵਾਰੀ ਬੈਠੀ ਮੈਂ ਦੱਸਣਾ ਚਾਹੁੰਦਾ ਮੇਰੀ ਸੈਨ ਨੂੰ ਕਿਹੜੀ ਮਜਬੂਰੀ ਆਈ ਜੇ ਨੌ ਵਾਰੀ ਉੱਠੀ ਏ ਨੌ ਵਾਰੀ ਬੈਠੀ ਏ ਮੇਰੀ ਸੈਨ ਨੂੰ ਇਹ ਮਜਬੂਰੀ ਆਈ ਬਿਰਾ ਦੀ ਉਂਗਲ ਨਜ਼ਰ ਆਈ ਮੰਦਰ ਬਣਾ ਵੀ ਨਹੀਂ ਆਦੇ ਉੱਤੇ ਬਿਰਾ ਦੀ ਉਂਗਲ ਨਜ਼ਰ ਆਈਏ ਚੁੰਮਦੀ ਚੁੰਮਦੀ ਮੇਰੀ ਸੈਨ ਉੱਥਾ ਆਈਏ ਜਿੱਥੇ ਸਮਝਿਆ ਤੂੰ ਕਿ ਬਿਰਾ ਹੋਤੀ ਸੱਜੇ ਡਿੱਟਾ ਤੂੰ ਖੱਬੇ ਡਿੱਟਾ ਤੂੰ ਅੱਗੇ ਪਿਛੜੇ ਕੇਰਾਂ ਨੋਕਿਆ ਦੀਏ ਕਲਸੂਮ ਵੀ ਲੱਥਾ ਤੇ ਇੱਥਾਂ ਹੀ ਆ
ਅੱਲਾ ਜਾਣੇ ਨਜ਼ਰ ਕਿਉਂ ਨਹੀਂ ਆਉਂਦਾ। ਇਤਨਾ ਤਾਂ ਯਾਕਾ ਤਜਾਦ ਹਕਲ ਮਾਰ ਕੇ ਆਦਰੇ ਬੁੱਬੀ ਅੰਮਾ ਉਹ ਸਾਹਮਣੇ ਵੀਰੇ ਮੇਰੀ ਤੈਣ ਫਰਮੈਂਦੀ ਏਈ ਜਿੱਤੇ ਉਹ ਮੇਰਾ ਨਾਦਾਂ ਦਾ ਪਲਿਆ ਬਚੜਾ ਦਿੱਤੇ ਤੂੰ ਇਸ਼ਾਰਾ ਕੀਤਾ ਉਹ ਤਾਂ ਪੱਥਰਾਂ ਧੜੇਰੇ ਆਕਾ ਤਜਾਦ ਫਰਮੈਂਦੇ ਨੇ ਬੁੱਬੀ ਅੰਮਾ ਇਹਨਾਂ ਪੱਥਰਾਂ ਥਲੇ ਵੀਰ ਮੰਦਰ ਬਣਾ ਵੀ ਨਹੀਂ ਆਦੇ ਉਹ ਸੈਨ ਤ੍ਰੈਈ ਭੈਣੀਆਂ ਆਈਆਂ ਸੱਜੇ ਕਲਦੂ ਮੇ ਖੱਬੇ ਰੁਕ ਆਏ ਪੈਰਾਂ ਤੂੰ ਆ ਕੇ ਅਲੀ ਅਸਗਰ ਦੀ ਮਾਂ ਜਨਾ ਬੇਰੁਬਾ ਬਹਿ ਗਿਆ ਮੰਦਰ ਬਣਾ ਵੀ ਮੇਰੀਆਂ ਸੈਣੀ ਦੇ ਹੱਥ ਬੱਧੇ ਹੋਏ ਹਨ ਬਿਸਮਿਲਾ ਕਰ ਸੋਹਣੇ ਡਾਢੇ ਸੋਹਣੇ ਅੰਦਾਜ਼ ਦੇ ਨਾਲ ਲਾਜ ਤੂੰ ਪੱਥਰ ਜਾਏ ਲਾਜ ਬਰਾਮਦ ਹੋਈ ਕੱਪੇ ਹੋਏ ਗੱਲ ਤੇ ਮੂੰਹ ਰੱਖ ਕੇ ਆ ਦੀਏ ਵੀਰ ਮੈਨੂੰ ਏਡੀ ਹੱਥ ਕਿਨਗੀ ਆਈ ਆਕਾ ਹੁਸੈਨ ਦੀ ਕੋਈ ਆਵਾਜ਼ ਨਹੀਂ ਆਈ ਬੀਬੀ ਅਕਲ ਮਾਰ ਕੇ ਆ ਦੀਏ ਵੀਰ ਮੈਨੂੰ ਏਡੀ ਸਰ ਕਿਨਗੀ ਆਈ ਆਕਾ ਹੁਸੈਨ ਦੀ ਕੋਈ ਆਵਾਜ਼ ਨਹੀਂ ਆਈ ਬੀਬੀ ਹੱਕਲ ਮਾਰ ਕੇ ਆ ਦੀਏ ਵੀਰ ਮੈਨੂੰ ਐਡੀ ਦਾ ਉਹ ਪੁਸ਼ਾਕ ਕਹਿ ਲਹਾਈਆ ਉਹ ਜਿਹਦਾ ਪੁਸ਼ਾਕ ਦਾ ਨਾਮ ਆਉਣਾ ਆਕਾ ਹੁਸੈਨ ਬਾਦਸ਼ਾਹ ਦੀ ਲਾਜ ਨੇ ਕਰਵਟ ਬਦਲੀ ਏ ਕੱਪੇ ਹੋਏ ਗਾਇ ਚ ਆਵਾਜ਼ ਆਉਂਦੀ ਏ ਪੁਸ਼ਾਕ ਦਾ ਪੁੱਛਦੀ ਏ ਉਹ ਤੂੰ ਐਡੀ ਦਾ ਹੌਸਲੇ ਦੇ ਨਾਲ ਬਿਸਮਿਲਾ ਕਰ ਤੇਰੀ ਚਾਦਰ ਕੈ ਲਹਾਈਏ ਸਕੀਨਾ ਦੇ ਝੋਲੇ ਨੂੰ ਬਾਲ ਲੱਗੀ ਕਿਵੇਂ ਬੁਝੇਂਦੀ ਰਹੀਏ ਚੰਦ ਇੱਕ ਸਵਾਲ ਕਰਨਾ ਹੀ ਆ ਜੋ ਦਰਬਾਰਾਂ ਵਿੱਚ ਨਰਵਾਰ ਕਿਵੇਂ ਡੇ ਤਾਂ ਉਹ ਸ਼ਰਾਬੀਆਂ ਨਾਲ ਗੱਲਾਂ ਕਿਵੇਂ ਕਰੇ ਤਾਂ ਸਾਰਾ ਮਜ਼ਮੂਨ ਛੋੜ ਦਿੱਤਾ ਏ ਅਗਲੇ ਉੱਠਤੇ ਮੇਰੀ ਸੈਣ ਆਕਾ ਤਜਾਦ ਮੁਹਾਰ ਛਕੇਂਦੇ ਆਉਂਦੇ ਪਿਆਣ ਤਾਰੀ ਗਵਾਏ ਜਿੱਥੇ ਸ਼ਾਮ ਤੂੰ ਬਾਰੂ ਨੌ ਮੀਲ ਸ਼ਾਮ ਰਹਿ ਗਈ ਚੱਲਦਾ ਉਹ ਚੱਲਦਾ ਕਾਫਲਾ ਯਕਦਮ ਰੁਕਿਆ ਏ ਮੇਰੀ ਤੈਣ ਅਕਲ ਮਾਰ ਕੇ ਆਦੀ ਏ ਤਜਾਦ ਐਵੇਂ ਕਿਉਂ ਖੜ ਗਿਆ ਏ ਆਕਾ ਤਜਾਦ ਦੀ ਆਦਤ ਈ ਕੋਈ ਵੀ ਬੀਬੀ ਬੁਲਾਵਿਆ ਉਤਾ ਮੂੰਹ ਕਰਕੇ ਗੱਲ ਨਾ ਕਰਿਆ ਥੱਲੇ ਮੂੰਹ ਕਰਕੇ ਆਦਾ ਫੁੱਫੀ ਅੰਮਾ ਮਜਬੂਰ ਮੇਰੀ ਸੈਣਾ ਦੀਏ ਮੇਰਾ ਪੁੱਤਰ ਮੇਰੇ ਵੱਲ ਵਹਿੰਦਾ ਕਿਉਂ ਨਹੀਂ ਬਾਤਾਂ ਕਰ ਸਜਾਦ ਹਕਲ ਮਾਰ ਕੇ ਆਦਲੇ ਬੁੱਬੀ ਅੰਮਾ ਡਾਡਾ ਮਜਬੂਰਾ ਮੇਰੀ ਸੈਣਾ ਦੀਏ ਮੇਰਾ ਪੁੱਤਰ ਮੇਰੇ ਵੱਲ ਵਹਿੰਦਾ ਨੇ ਕੋਈ ਉਹ ਨਹੀਂ ਮਿੱਟੇ ਮੇਰੀ ਸੈਣ ਨੇ ਗੌਰ ਨਾਲ ਡਿਡਾਏ ਉਹ ਸਜਾਦਿਆਂ ਪੈਰਾਂ ਤੂੰ ਨਾ ਦਾ ਡਿਡਾਏ ਬੀਬੀ ਹਕਲ ਮਾਰ ਕੇ ਆਦਿਓ ਮੇਰਾ ਨਾਦਾ ਦਾ ਪਲਿਆ ਬਚੜਾ ਕਿਹੜੀ ਮਜਬੂਰੀ ਆ ਉਹ ਜੋ ਰਾਤ ਰੋਵਣ ਲੱਗ ਪਿਆ ਏ ਆਕਾ ਸਜਾਦ ਹਕਲ ਮਾਰ ਕੇ ਆਦਰੇ ਬੁੱਬੀ ਅੰਮਾ ਰਾਤ ਨਾ ਰੋਵਾਂ ਤੇ ਕੀ ਕਰਾਂ ਉਹ ਤੂੰ ਜ਼ੈਨਾ ਬੇ ਤੇ ਅੱਗੇ ਸ਼ਰਾਬੀ ਦਾ ਦਰਬਾਰ ਏ ਤੂੰ ਮੁਹੰਮਦ ਦੀ ਏ ਉਹ ਅੱਗੇ 9 ਲੱਖ ਬਦਮਾਸ਼ਾਂ ਦੀ ਭੀੜ ਏ ਰਾਤ ਨਾ ਰੋਵਾਂ ਤੇ ਕੀ ਕਰਾਂ ਮੇਰੀ ਸੈਣ ਨੇ ਬਿਸਮਿਲਾ ਪੜ੍ਹ ਕੇ ਬਾਜ਼ਾਰ 'ਚ ਪਹਿਲਾ ਕਦਮ ਰੱਖਿਆ ਏ ਬਰਦਰ ਬਣਾ ਵੀ ਵੇਖਣਾ ਮੇਰੇ ਪਤ ਉਧਰੋਂ ਤਕਬਾਲੀਆਂ ਨੇ ਤਕਬਾਲ ਸ਼ੁਰੂ ਕੀਤਾ ਹੈ ਮੇਰੀ ਸੈਣ ਆਕਾ ਹੁਸੈਨ ਬਾਦਸ਼ਾਹ ਦੇ ਪਦ ਡੇਕ ਆਦੀਏ ਸੁਣ ਮੈਂ ਵੀਰ ਮੈਂ ਤਾਂ ਤੇੜੀ ਨਿਮਾਦ ਵੇਦੀ ਰਹੀ 70 ਕਦਮ ਤੇ ਤੇੜੇ ਕਾਤਲ ਗਿਣਦੀ ਰਿਹਾ ਜੱਕੀ ਖੋਲ ਕੇ ਬੈਣ ਤੂੰ ਡੇਕ ਆਖਣ ਦੀ ਢਿੱਲੋ ਇੱਕ ਮਕਾਨ ਦੀ ਛੱਤ ਤੂੰ ਪੱਥਰ ਆਏ
ਲੱਗਾ ਇੱਕ ਮਾਸੂਮਾਂ ਦੇ ਸਰ 'ਚ, ਸਰ ਫਟ ਕੇ ਦੱਸਾਂ ਇਸ ਬੀਬੀ ਦਾ ਨਾਮ ਕਿਹਾ ਹੈ, ਮੂੰਹ 'ਤੇ ਖੂਨ ਆਇਆ ਨਾ। ਆਕਾ ਹੁਸੈਨ ਬਾਦਸ਼ਾਹ ਦੀ ਸਰ ਵਾਲੀ ਤਾਂਗ ਵਾਲੇ ਪੱਤ ਡੇ ਕੇ ਆਉਂਦੀ ਹੈ, ਜ਼ਹਰਾ ਦਾ ਬਚੜਾ ਹੁਣ ਤਾਂ ਰਾਜ਼ੀ ਹੈ, ਅਕਬਰ ਦੀ ਤਾਂਗ ਮਾਂ ਵੱਲ ਝੁੱਕ ਗਈ, ਅਕਬਰ ਦੀ ਆਵਾਜ਼ ਆਉਂਦੀ ਹੈ, ਭੁੱਬੀ ਅੰਮਾ ਮੇਰੇ ਬਾਬੇ ਨੂੰ ਗਿਲੇ ਲੜੇ, ਉਹ ਤੂੰ ਹੀ ਇਕੱਲੀ ਨਹੀਂ, ਉਹ ਤੇਰੇ ਨਾਲ ਜ਼ਹਰਾ ਦੀਆਂ ਦੀਆਂ ਵੀ ਹੈ। ਉਧਰੋਂ ਯਦੀ ਦੀ ਬੀਵੀ ਹਿੰਦਾ ਤੇ ਹੁੰਦੀ ਦੀ ਰਮਲਾ, ਰਮਲਾ ਦੀ ਅੰਮਾ ਮੈਂ ਦੇਖਣਾ ਹੈ ਜੋ ਕੈਦੀ ਕਿਵੇਂ ਹੁੰਦੇ। ਹਾਏ ਹਾਏ, ਯਦੀ ਦੀ ਬੀਵੀ ਹਿੰਦਾ ਤੇ ਉਹਦੀ ਦੀ ਰਮਲਾ ਦੀ ਅੰਮਾ ਮੈਂ ਦੇਖਣਾ ਹੈ ਜੋ ਕੈਦੀ ਕਿਵੇਂ ਹੁੰਦੇ ਹਨ। ਫੌਰਨ ਤੈਣ ਤਕੀਨਾ ਦੇ ਚਿਹਰੇ ਤੇ ਦੀਦ ਪਈ, ਆਖਰੀ ਬਹਿਣ ਕਰਨਾ ਚਾਹੁੰਦਾ। ਫੌਰਨ ਤੈਣ ਤਕੀਨਾ ਦੇ ਚਿਹਰੇ ਤੇ ਦੀਦ ਪਈ, ਨੂਰਾਨੀ ਚਿਹਰਾ ਡੇ ਕੇ ਆਦੀ ਹੈ, ਚਿਹਰੇ ਤੋਂ ਤਾਂ ਇੰਝ ਲੱਗਦਾ ਜੋ ਕਿਸੇ ਸ਼ਰੀਫ ਪਿਓ ਦੀ ਧੀ, ਕਿਤੇ ਬਾਤ ਯਾਦ ਦੀ ਕਰੀ ਬਾਣ ਖੜੀ, ਹਕਲ ਮਾਰ ਕੇ ਆਦੀ ਏਡੀ ਦਾ ਤੂੰ ਕੌਣ, ਮੇਰੀ ਤੈਨ ਤਕੀਨਾ ਹਕਲ ਮਾਰ ਕੇ ਆਦੀ ਮੈਂ ਹੁਸੈਨ ਬਾਤ ਯਾਦ ਦੀ ਆ। ਉਹ ਜਿੱਥੇ ਬਾਦਸ਼ਾਹ ਦਾ ਨਾਮ ਆਇਆ ਰਮਲਾ ਦੀ ਹੈ ਬਲਾ, ਬਾਦਸ਼ਾਹ ਦੀਆਂ ਦੀਆਂ ਇਵੇਂ ਆਉਂਦੀਆਂ ਹਨ। ਆਪਣਾ ਲਿਬਾਸ ਵੇਖ ਤੇ ਮੇਰਾ ਲਿਬਾਸ ਵੀ ਵੇਖ, ਮੇਰਿਆਂ ਕੰਨਾਂ 'ਚ ਕੀਮਤੀ ਦੁਰ ਵੇਖ, ਜਿਹੜੇ ਬਾਦਸ਼ਾਹ ਦੀਆਂ ਧੀਆਂ ਦੀਆਂ ਕੰਨਾਂ 'ਚ ਆਉਂਦੇ ਹਨ। ਉਹ ਜਿੱਥੇ ਮੇਰੀ ਤੈਨ ਤਕੀਨਾ ਨੇ ਆਪਣਿਆਂ ਕੰਨਾਂ ਤੂੰ ਤਾਜ਼ਾ ਖੂਨ ਡਿਟਾਏ, ਤੇ ਰਮਲਾ ਦੇ ਪੱਤ ਡੇ ਕੇ ਆਦੀ ਹੈ, ਦੁਰ ਤੇਡੇ ਨਹੀਂ ਦੁਰ ਮੇਡੇ, ਤੇ ਜਿਹੜੇ ਈਦ ਦੇ ਢੀ ਮੈਂ ਪਾਏ, ਮੇਰੇ ਪਿਓ ਸੁਲਤਾਨ ਮੇਰੇ ਕੀਤੇ ਦੁਰ ਯਮਨ ਚੋਹਾਣ ਮੰਗਾ ਵਾ। ਉਹ ਸ਼ਾਮੀ ਲੁੱਟਾਂ ਤਣਾਏ, ਉਹ ਲੁੱਟ ਦੇ ਵਿੱਚ ਉਹ ਮੈਂ ਕੋ ਮਾਰ ਤਮਾਚੇ, ਦੁਰ ਸਿਮਰਨ ਆੜਾ ਲਹਾ। ਮਾਫ਼ੀ ਮੰਗ ਕੇ ਅਗਲਾ ਵੈਣ ਸੁਣਾਉਣਾ ਚਾਹੁੰਦਾ, ਜਿੱਥੇ ਰਮਲਾ ਨੂੰ ਪਤਾ ਲੱਗਾ ਜੇ ਦੁਰ ਮੈਡੇ ਨੇ ਇਤਮਾ ਤੂੰ ਮਾਂ ਦੇ ਹਣ, ਦੋਵੇਂ ਦੁਰ ਲਹਾਏ ਐ ਮਾਂ ਤੂੰ ਮਾਂ, ਜੇ ਦੁਰ ਤੇੜੇ ਨੇ ਤਾਂ ਮੈਂ ਵਾਪਸ ਕਰਨ ਵਾਸਤੇ ਤਿਆਰ। ਮੇਰੀ ਤੈਣ ਫਰਮੇ ਦੀ ਨਾ ਦੁਰਾਂ ਦੀ ਮੈਂ ਕੋਈ ਜ਼ਰੂਰਤ ਨਹੀਂ, ਤੂੰ ਜੋ ਆਦੀ ਹੈ ਮੈਂ ਬਹੁਤ ਯਾਦ ਦੀ ਹਾਂ, ਹੋ ਸਕਦਾ ਹੀ ਮੇਰੇ ਮੁਸਾਫਰਾਂ 'ਤੇ ਇੱਕ ਮਿੰਨਤ ਲਾਓ, ਮੇਰਾ ਇੱਕ ਕੰਮ ਚਾਕਾ ਰਮਲਾ ਦੀਆਂ ਜ਼ਰੂਰ ਆਸਾਨ ਕਰੇ ਤਾਂ, ਜ਼ਰੂਰ ਕੰਮ ਕਰੇ ਤਾਂ, ਲੇਕਿਨ ਆਪਣੇ ਦੁਰ ਵਾਪਸ ਗਏ ਮੇਰੀ ਤੈਣ ਤਕੀਨਾ ਰਮਲਾ ਦੇ ਪੱਤ ਡੇ ਕੇ ਆਦੀ ਹੈ, ਇਹਨਾਂ ਦੁਰਾਂ ਦੀ ਮੈਂ ਕੋ ਲੋੜ ਨਹੀਂ। ਯੋ ਮਿੰਨਤ ਮੇਰੇ ਤੇ ਲਾਏ, ਜੇ ਵੱਧ ਲੱਗਦਾਈ ਤੇ ਆ ਰਮਲਾ ਮੇਰੇ ਪਿਓ ਦਾ ਸਰ ਮਗਾ ਵਾ। ਰਮਲਾ ਦੀ ਬਾਬੇ ਦੇ ਸਰ ਕੋ ਕਿਆ ਕਰੇ ਤੇ, ਮੇਰੀ ਤੈਨ ਤਕੀਨਾ ਰਮਲਾ ਦੇ ਪੱਤ ਡੇ ਕੇ ਆਦੀ ਹੈ, ਮੈਂ ਚੁੰਮਣੀ ਹੈ ਦਾੜੀ ਆਇਓ ਬਾਬੇ ਦੀ, ਤੇ ਮੇਰੇ ਦਿਲ ਦੀ ਆਤ ਬੁਝਾਏ, ਉਹ ਖੜਾ ਹੱਥ ਦਾਈ ਕਾਤਲ ਹਾਏ ਹਾਏ, ਉਹ ਖੜਾ ਹੱਥ ਦਾਈ ਕਾਤਲ ਅਕਬਰ ਦਾ ਮੇਰੀ ਅੱਖ ਤੋਂ ਦੋਰਾ ਹਟਾ।